ਇੱਥੇ ਕੁਛ ਉਹ ਗੱਲਾਂ ਕਰਨੀ ਚਾਹੁੰਦਾ ਜਿਹੜੀ ਮੇਰਾ ਦਿਲ ਕਰਦਾ ਬਹੁਤ ਦਿਨਾਂ ਦਾ ਕਰਦਾ, ਕਿਉਂਕਿ ਤੁਸੀਂ ਇੱਥੇ ਸਭ ਆਪਣਾ ਯੂ ਟ੍ਰਾਈ ਟੂ ਡਿਵੈਲਪ ਦਾ ਬਿਜ਼ਨਸ ਫੋਰ ਟੂਰਿਜ਼ਮ ਸਪੈਸ਼ਲੀ ਰਿਲੀਜੀਅਸ ਟੂਰਿਜ਼ਮ। ਸੋ ਮੇਰੇ ਲਈ ਬਹੁਤ ਜ਼ਰੂਰੀ ਹੈ ਕਿ ਮੈਂ ਆਪਣਾ ਓਨੈਸਟ ਐਕਸਪੀਰੀਅੰਸ ਦੇਵਾਂ। ਕਈ ਦਿਨਾਂ ਤੋਂ ਮੈਂ ਕਈ ਟਾਕਸ ਟੀ ਵੀ ਰੇਡੀਓ 'ਤੇ ਕਰ ਚੁੱਕਾ, ਦੈਟ ਇਜ਼ ਅ ਲਿਟਲ ਡਿਫਰੈਂਟ, ਕਿਉਂਕਿ ਉੱਥੇ ਤੁਸੀਂ ਸਰਕਾਰੀ ਮੀਡੀਆ ਉੱਥੇ ਬੈਠੇ ਹੁੰਦੇ ਹੋ। ਇੱਥੇ ਬਹੁਤ ਮਾਣ ਦੇ ਨਾਲ ਸਾਡੇ ਦੋਸਤ ਬਹੁਤ ਦੋ ਤਿੰਨ ਦਿਨਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਨੈਗੋਸ਼ੀਏਟ ਟਾਈਮਿੰਗ ਕਰਨ ਦੀ, ਇਹਨੇ ਟਾਈਮ ਕੱਢਿਆ। ਸੋ ਮੇਰੇ ਲਈ ਬਹੁਤ ਜ਼ਰੂਰੀ ਹੈ ਕਿ ਮੈਂ ਆਪਣੇ ਦਿਲ ਦੀ ਆਵਾਜ਼ ਦੱਸਾਂ, ਜਿਹੜਾ ਮੈਨੂੰ ਲੱਗਦਾ ਕਿ ਜਿਹੜੀ ਕੁਛ ਰੁਕਾਵਟਾਂ ਆ ਰਹੀਆਂ ਇੰਟਰਨੈਸ਼ਨਲ ਟੂਰਿਜ਼ਮ ਦੀਆਂ ਪਾਕਿਸਤਾਨ ਦੇ ਲਈ, ਮੈਂ ਉਹਨਾਂ ਦੀ ਗੱਲ ਕਰਾਂ। ਮੈਂ 2008 ਤੋਂ ਪਾਕਿਸਤਾਨ ਆ ਰਿਹਾ। ਪਾਕਿਸਤਾਨ 'ਚ ਹਮੇਸ਼ਾ ਹੀ ਹੋਸਪਿਟੈਲਿਟੀ ਦੀ ਕੋਈ ਕਮੀ ਨਹੀਂ ਹੈਗੀ, ਸਾਰੀ ਦੁਨੀਆ ਜਾਣਦੀ ਹੈ। ਕਦੀ ਵੀ ਪਾਕਿਸਤਾਨੀ ਛੋਟਾ ਦੁਕਾਨਦਾਰ ਵੀ ਚਾਹ ਵੇਚ ਰਿਹਾ, ਪਕੌੜੇ ਵੇਚ ਰਿਹਾ, ਉਹ ਕਦੀ ਤੁਹਾਨੂੰ ਇੱਦਾਂ ਨਹੀਂ ਮਹਿਸੂਸ ਹੋਣ ਦਏਗਾ ਕਿ ਤੁਹਾਨੂੰ ਪੈਸੇ ਲੁੱਟੇ ਜਾ ਰਹੇ ਆ, ਤੁਸੀਂ ਬਾਹਰੋਂ ਅਮਰੀਕਾ ਤੋਂ ਆਏ ਹੋ, ਸਗੋਂ ਤੁਹਾਡੇ ਕੋਲ ਪੈਸੇ ਨਹੀਂ ਲਏਗਾ। ਮਤਲਬ ਇਹ ਚੀਜ਼ ਹੁਣ ਸਰਕਾਰ 'ਤੇ ਨਹੀਂ ਕਹਿੰਦੀ, ਅਤੇ ਲੋਕਾਂ ਦੀ ਆਪਣੀ ਮੁਹੱਬਤ ਹੈ, ਉਹ ਤੁਹਾਨੂੰ ਉਸ ਲੈਵਲ ਤੱਕ ਜਾਂਦੇ ਨੇ। ਹੁਣ ਆਪਾਂ ਟੂਰਿਜ਼ਮ ਦਾ, ਮੈਨੂੰ ਬਹੁਤ ਸ਼ੌਂਕ ਹੈ, ਕੋਈ ਸਾਲ ਹੋਏਗਾ ਜਦੋਂ ਮੈਂ ਕੋਈ ਅਲੱਗ ਚੀਜ਼ ਨਹੀਂ ਦੇਖਦਾ, ਔਰ ਮੈਨੂੰ ਕੰਪੈਰੇਟਿਵ ਰਿਲੀਜਨ ਸਟੱਡੀ ਕਰਨ ਦਾ ਬਹੁਤ ਸ਼ੌਂਕ ਹੈ। ਮੈਂ ਅਲੱਗ ਅਲੱਗ ਰਿਲੀਜਨ ਜਾ ਕੇ, ਉਦੋਂ ਮੈਂ ਫੇਸਬੁੱਕ 'ਤੇ ਨਹੀਂ ਹੁੰਦਾ, ਉਦੋਂ ਮੈਂ ਕੁਛ ਔਨ ਨਹੀਂ ਰੱਖਦਾ, ਮੈਂ ਉਹ ਰੂਪ ਧਾਰਨ ਕਰਕੇ ਉਹਨਾਂ 'ਚ ਜਾ ਕੇ ਰਹਿੰਦਾ। ਕਈ ਵਾਰੀ ਬਹੁਤ ਲੰਬਾ ਸਮਾਂ ਵੀ ਮੈਂ ਉਹਨਾਂ ਧਰਮਾਂ 'ਚ ਜਾ ਕੇ ਸਟੱਡੀ ਕਰਦਾ, ਤਾਂ ਹੀ ਇਸ ਬੁੱਕ ਦੇ ਲਈ ਮੈਂ ਰੈਫਰੈਂਸਿਸ ਹੋਰ ਬਹੁਤ ਰਿਸੋਰਸਿਸ ਤੋਂ ਲਏ ਆ, ਤਾਂ ਕਿ ਟੂ ਮੇਕ ਇਟ ਇੰਟਰਸਟਿੰਗ ਫੋਰ ਯੂ, ਪਰਸ਼ੀਅਨ, ਇਸਲਾਮਿਕ ਰਿਸੋਰਸਿਸ, ਮੁਗਲ ਰਿਸੋਰਸਿਸ, ਤਾਂ ਕਿ ਹਿਸਟਰੀ ਸਾਰੀ ਇਕੱਠੀ ਜਿਹੀ ਲੱਗਣ ਲੱਗੇ। ਹੁਣ ਜਦੋਂ ਆਪਾਂ ਪਾਕਿਸਤਾਨ 'ਚ ਟੂਰਿਜ਼ਮ ਦੀ ਗੱਲ ਕਰਦੇ ਹਾਂ, ਆਪਣੇ ਕੋਲ ਇੱਥੇ, ਤੁਹਾਡੇ ਕੋਲ ਇੱਥੇ ਇੰਨੇ ਵਧੀਆ ਮੋਟਰਵੇਜ਼ ਨੇ, ਇੰਨੀ ਜ਼ਬਰਦਸਤ ਦੂਰੀ ਟਰੈਵਲ ਹੁੰਦੀ ਹੈ, ਇੰਨੇ ਤੁਸੀਂ ਛੇਤੀ ਟਾਈਮ ਵਿੱਚ ਸਫ਼ਰ ਕਰ ਲੈਂਦੇ ਹੋ, ਲੋਕ ਇੰਨੀ ਹੋਸਪਿਟੈਲਿਟੀ, ਇਨਫਰਾਸਟ੍ਰਕਚਰ ਰੈਡੀ ਹੈ, ਮਤਲਬ ਕੌਮ ਪੂਰੀ ਤਰ੍ਹਾਂ ਰੈਡੀ ਹੈ, ਇਮੀਗ੍ਰੇਸ਼ਨ ਤੋਂ ਲੈ ਕੇ ਕਸਟਮਸ, ਏਅਰਪੋਰਟ ਸਟਾਫ, ਸਾਰੀ ਜਗ੍ਹਾ 'ਤੇ ਕਿਤੇ ਵੀ ਕੋਈ ਲੁੱਟ ਸੁੱਟ ਨਹੀਂ ਹੈਗੀ। ਬਹੁਤ ਸਖ਼ਤ ਆਰਡਰਸ ਲੱਗਦੇ ਨੇ ਮੈਨੂੰ ਸਰਕਾਰ ਦੇ, ਉੱਥੋਂ ਸ਼ੁਰੂ ਹੋ ਰਿਹਾ ਕੰਮ, ਔਰ ਆਮ ਪਬਲਿਕ 'ਚ ਕੁਦਰਤੀ ਹੈਗਾ ਹੀ ਇਹ। ਜੋ ਮੈਨੂੰ ਲੱਗਦਾ ਕਿ ਆਪਾਂ ਜਿੱਥੇ, ਮੈਂ ਆਪਾਂ ਤੁਹਾਡੇ ਵੱਲੋਂ ਕਹੂੰਗਾ ਹੁਣ ਕਿ ਮਤਲਬ ਜਿੱਥੇ ਤੁਸੀਂ ਇੱਥੇ ਇੰਨਾ ਕੁਛ ਕਰ ਰਹੇ ਹੋ, ਇਹ ਤਾਂ ਡਿਲੀਵਰੇਬਲ ਮਾਰਕੀਟ ਹੈ ਜਿੱਥੇ ਤੁਸੀਂ ਡਿਲੀਵਰ ਕਰ ਰਹੇ ਹੋ, ਪਰ ਪਹਿਲਾਂ ਜਿੱਥੋਂ ਸ਼ੁਰੂ ਹੁੰਦਾ ਹੈ ਕੰਮ, ਭਾਵੇਂ ਉਹ ਅਮਰੀਕਾ 'ਚ ਬੈਠ ਕੇ ਸ਼ੁਰੂ ਹੋਵੇ, ਭਾਵੇਂ ਕੈਨੇਡਾ 'ਚ ਬੈਠ ਕੇ ਸ਼ੁਰੂ ਹੋਵੇ, ਭਾਵੇਂ ਇੰਡੀਆ 'ਚ ਸ਼ੁਰੂ ਹੋਵੇ, ਤੁਸੀਂ ਉੱਥੇ ਫੋਕਸ ਨਹੀਂ ਕਰ ਰਹੇ। ਉੱਥੇ ਫੋਕਸ ਕਰਨ ਲਈ ਜ਼ਰੂਰੀ ਹੈ ਕਿ ਜਿਹੜੀ ਵੀ ਆਪਾਂ ਇੱਥੇ ਗੱਲਬਾਤ ਕਰੀਏ ਉਹ ਬਹੁਤ ਹੀ ਦੂਰ ਅੰਦੇਸ਼ੀ ਨਾਲ ਕਰੀਏ। ਜਿਹੜੀ ਹੁਣ ਆਪਾਂ ਅੱਜ ਦੀ ਟੋਕ ਹੈਗੀ ਆ, ਜਿੱਥੇ ਲਾਈਵ ਨਹੀਂ ਹੈਗੇ, ਆਪਾਂ ਕਈ ਟੋਕਸ ਕਰਦਾ, ਮੈਂ ਤੁਹਾਨੂੰ ਐਗਜ਼ਾਮਪਲਸ ਦੇਣਾ ਕੁਛ। ਇੱਕ ਦਿਨ ਮੈਂ ਇੱਦਾਂ ਟੋਕ ਕਰ ਰਿਹਾ ਸੀ, ਤਾਂ ਉਹਨਾਂ ਦਾ ਕੁਸ਼ਚਨ ਵਾਰ ਵਾਰ ਇਹ ਸੀ ਕਿ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਇੰਨਾ ਕੁਛ ਕਰ ਦਿੱਤਾ, ਇੰਡੀਆ ਕਿਉਂ ਨਹੀਂ ਕਰ ਰਿਹਾ। ਜਦੋਂ ਤੁਸੀਂ ਇੱਦਾਂ ਦਾ ਮੈਸੇਜ ਦਿਓਗੇ ਕੁਸ਼ਚਨ ਪੁੱਛਣ ਦੇ ਲਈ ਸਟੇਟ ਮੀਡੀਆ ਦੇ ਵਿੱਚੋਂ, ਉਹ ਜਿਹੜਾ ਪਾਕਿਸਤਾਨ 'ਚ ਸਿੱਖ ਬੈਠਾ ਹੈ, ਜਿਹੜਾ ਪੂਰੀ ਤਰ੍ਹਾਂ ਲੋਇਲ ਹੈ, ਤੁਸੀਂ ਸਭ ਪਾਕਿਸਤਾਨ ਦੇ ਲਈ ਪੂਰੀ ਤਰ੍ਹਾਂ ਲੋਇਲ ਹੋ, ਤੁਹਾਡੀ ਜਨਮ ਭੂਮੀ ਹੈ, ਤੁਸੀਂ ਜਾਨ ਦੇ ਸਕਦੇ ਪਾਕਿਸਤਾਨ ਲਈ, ਇੱਦਾਂ ਜਿਹੜੇ ਇੰਡੀਆ 'ਚ ਭਾਵੇਂ ਸਿੱਖ ਬੈਠੇ ਨੇ, ਭਾਵੇਂ ਹਿੰਦੂ ਨੇ, ਭਾਵੇਂ ਮੁਸਲਮਾਨ ਨੇ, ਉਹ ਇੰਡੀਆ ਦੇ ਪੂਰੀ ਤਰ੍ਹਾਂ ਲੋਇਲ ਨੇ। ਉੱਥੇ ਜਦੋਂ ਆਪਾਂ ਇੱਦਾਂ ਦਾ ਲੋਕਾਂ ਨੂੰ, ਜਦੋਂ ਤੁਸੀਂ 6-5 ਜਿਹੇ 'ਚ ਪਾ ਦਿੰਦੇ ਹੋ, ਬਜਾਏ ਆਪਾਂ ਇਹਦੇ ਇੱਦਾਂ ਕਹੀਏ ਕਿ ਜਿਹੜਾ ਕਰਤਾਰਪੁਰ ਲਾਂਘਾ ਖੁੱਲਿਆ, ਜਿਹਨੇ ਮਰਜ਼ੀ ਖੋਲ੍ਹਿਆ, ਲਾਂਘਾ ਖੁੱਲ੍ਹ ਗਿਆ, ਅੱਧਾ ਪੁਲ ਉਹਨਾਂ ਨੇ ਬਣਾਇਆ, ਉਹਨਾਂ ਨੇ ਬਣਾਇਆ, ਮਤਲਬ ਦੋਨਾਂ ਸਰਕਾਰਾਂ ਨੇ ਮਿਲ ਕੇ ਪੁਲ ਬਣਾਤਾ, ਤਾਂ ਕਿ ਲੋਕ ਜਿਹੜੇ ਆ ਉਹ ਇੰਡੀਆ 'ਚ ਬੈਠੇ ਉਹ 6-5 'ਚ ਨਾ ਪੈਣ, ਪਈ ਕੀ ਅਤੇ ਸਾਡੀ ਸਰਕਾਰ ਹੁਣ ਇਸ ਵੇਲੇ ਮੀਡੀਆ 'ਚ ਕੀ ਹੋ ਗਿਆ, ਜੇ ਤੁਸੀਂ ਪਿਛਲੇ 2-3 ਵੀਕ 'ਚ ਦੇਖੋ, ਮੈਂ ਇਹਦੇ ਬਾਰੇ ਮੀਡੀਆ 'ਚ ਦੱਸਣਾ ਚਾਹੁੰਦਾ, ਉਹ 'ਚ ਇੱਦਾਂ ਜੇ ਸਟੋਰੀ ਆਮ ਜਿਹੜੀ ਪਬਲਿਕ ਹੈਗੀ ਆ, ਸੋਸ਼ਲ ਮੀਡੀਆ 'ਤੇ ਇੱਦਾਂ ਗੱਲ ਬਣਾਈ ਜਾ ਰਹੀ ਆ ਕਿ ਪਾਕਿਸਤਾਨ ਨੇ ਖੁੱਲ੍ਹ ਤਾ ਜਦਕਿ ਇੰਡੀਆ ਸਰਕਾਰ ਇੰਨਾ ਵਿਲਿੰਗ ਨਹੀਂ ਸੀ, ਉਹਦਾ ਨੁਕਸਾਨ ਕਿੰਨਾ। ਦੇਖੋ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਇਹ ਸਾਰੇ ਡਿਪਾਰਟਮੈਂਟ ਪੋਲੀਟੀਸ਼ੀਅਨਸ ਤੋਂ ਬਿਨਾਂ, ਦੋਨਾਂ ਕੰਟਰੀ ਦੇ ICS IFS ਡਿਪਾਰਟਮੈਂਟ ਹੁੰਦੇ ਆ, ਇਹ ਬਹੁਤ ਵੱਡੇ ਲੈਵਲ 'ਤੇ ਗੱਲਾਂ ਹੁੰਦੀਆਂ। ਕਸ਼ਮੀਰ ਦੀ ਇੰਨੀ ਟ੍ਰਬਲ ਦੇ ਬਾਵਜੂਦ ਦੇ ਲਾਂਘਾ ਖੁੱਲ੍ਹਣਾ ਸ਼ੋਅ ਕਰਦਾ ਹੈ ਕਿਤੇ ਨਾ ਕਿਤੇ ਦੋ ਹੀ ਸਰਕਾਰਾਂ ਚਾਹੁੰਦੀਆਂ ਪਈ ਯਾਰ ਇਹ ਮਿਲਣ, ਮਤਲਬ ਇਹ ਹਾਈ ਹੈਡਸ ਜਿਹੜੇ ਉਹ ਚਾਹੁੰਦੇ ਆ ਕਿ ਟੂਰਿਜ਼ਮ ਬਹੁਤ ਡਿਵੈਲਪ ਹੋਵੇ। ਪਰ ਜੇ ਆਪਾਂ ਇਸ ਚੀਜ਼ ਨੂੰ ਇੱਦਾਂ ਮੁਕਾਬਲਾ ਕਰੀ ਜਾਵਾਂਗੇ ਨਾ, ਇੰਡੀਆ ਜ਼ਿਆਦਾ ਕਰ ਰਿਹਾ, ਪਾਕਿਸਤਾਨ ਕਰ ਰਿਹਾ, ਪਾਕਿਸਤਾਨ, ਉਹ ਜਿਹੜਾ ਟੂਰਿਸਟ ਆ ਉਹ ਨਹੀਂ ਆਏਗਾ। ਜਿਹੜਾ ਟੂਰਿਸਟ ਆ, ਹੁਣ ਬੱਚੇ ਇੰਡੀਆ ਸਕੂਲਾਂ 'ਚ ਪੜ੍ਹਦੇ ਆ, ਉਹਨਾਂ ਨੇ ਇੰਡੀਆ 'ਚ ਅੱਗੇ ਹਾਇਰ ਐਜੂਕੇਸ਼ਨ ਕਰਨੀ ਆ, ਉਹ ਬਹੁਤ ਕੌਂਸ਼ੀਅਸ ਨੇ ਕਿਤੇ ਮੈਂ ਇੰਡੀਆ 'ਚ ਉਸ ਨਜ਼ਰਾਂ 'ਚ ਨਾ ਜਾਵਾਂ ਕਿ ਮੈਂ ਪਾਕਿਸਤਾਨ ਗਿਆ ਕਿ ਨਹੀਂ ਗਿਆ। ਹਰੇਕ ਬੱਚੇ ਨੂੰ ਆਪਣਾ ਫਿਊਚਰ ਦਾ, ਔਰ ਬੱਚੇ ਨੂੰ ਨਾ ਸਿਰਫ ਵੱਡਿਆਂ ਨੂੰ ਵੀ ਆਪਣੇ ਫਿਊਚਰ ਦੀ ਫਿਕਰ ਹੈਗੀ ਆ। ਇੱਦਾਂ ਵਿਦੇਸ਼ਾਂ 'ਚ ਜਿੰਨੇ ਸਿੱਖ ਬੈਠੇ ਆ, ਮੈਂ 2008 ਤੋਂ ਕੋਸ਼ਿਸ਼ ਕਰ ਰਿਹਾ, ਪਤਾ ਨਹੀਂ ਕਿਉਂ ਇਹ ਧਾਰਨਾ ਬਣੀ ਹੋਈ ਹੈ ਕਿ ਤੁਸੀਂ ਪਾਕਿਸਤਾਨ ਦਾ ਇੱਕ ਵਾਰੀ ਵੀਜ਼ਾ ਲਵਾ ਲਓ, ਤੁਹਾਨੂੰ ਕਿਤੇ ਹੋਰ ਮੁਲਕ ਦਾ ਵੀਜ਼ਾ ਨਹੀਂ ਲੱਗਣਾ। ਔਰ ਮੈਂ ਕਹਿੰਦਾ ਰੇਡੀਓ, ਮੇਰਾ ਆਪਣਾ ਰੇਡੀਓ ਟਾਕ ਸ਼ੋ ਹੈਗਾ ਉੱਥੇ, ਡੈਂਟਲ, ਇਟਸ ਡੈਂਟਿਸਟ ਆਉਂਦੇ ਨੇ, ਡੈਂਟਲ ਟਾਕ ਸ਼ੋ ਹੈ, ਪਰ ਮੈਂ ਉੱਥੇ ਵੀ ਇਹ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਕਿ ਮੈਂ ਇੰਨੀ ਵਾਰੀ ਆ ਗਿਆ, ਮੈਨੂੰ ਡਰ ਨਹੀਂ ਲੱਗਦਾ। ਹੁਣ ਜਦੋਂ ਤੁਸੀਂ ਪਾਕਿਸਤਾਨ ਤੋਂ ਜਾਂਦੇ ਵਾਪਸ, ਮੈਂ ਤੁਹਾਨੂੰ ਕਲੀਅਰ ਦੱਸ ਦੇਣਾ ਕਿ ਮੈਂ ਤਾਂ ਅਮਰੀਕਨ ਸਿਟੀਜ਼ਨ ਹਾਂ, ਰਾਈਟ, ਅਮਰੀਕਾ ਦੀ ਪਾਕਿਸਤਾਨ ਨਾਲ ਬਹੁਤ ਦੋਸਤੀ ਰਹੀ ਹੈ ਜਿਹੜੀ ਪਿਛਲੇ ਕੁਝ ਸਮੇਂ ਤੋਂ ਨਹੀਂ ਠੀਕ ਚੱਲ ਰਹੀ। ਉਹਦੇ 'ਚ ਕੀ ਹੁੰਦਾ ਕਿ ਅਮਰੀਕਾ ਨੂੰ ਵੀ ਡਰ ਹੈ ਕਿ ਤੁਸੀਂ ਵਾਪਸ ਜਾਂਦੇ ਹੋ, ਤੁਸੀਂ ਕਿਹੜੇ ਅਨਸਰਾਂ ਨੂੰ ਮਿਲ ਕੇ ਆਏ ਹੋ, ਕਿੱਦਾਂ ਦੇ ਬੰਦੇ ਨੂੰ ਮਿਲ ਕੇ ਆਏ ਹੋ, ਤੁਸੀਂ ਬਾਰਡਰ ਦੇ ਸੋ ਜਦੋਂ ਉਸ
ਹੁਣ ਇਹ ਨਹੀਂ ਹੈ ਕਿ ਮਤਲਬ ਮੈਂ ਠਹਿਰਨਾ ਹੁਣ ਮਾਹੌਲ ਹੀ ਇਦਾਂ ਦਾ ਹੁੰਦਾ ਕਿ ਤੁਸੀਂ ਕਲਚਰ ਨੂੰ ਸਟੱਡੀ ਨਹੀਂ ਕਰ ਸਕਦੇ ਮੇਰਾ ਕਲਚਰ ਸਟੱਡੀ ਕਰਨ ਦਾ ਟੂਰਿਜ਼ਮ ਦਾ ਮਤਲਬ ਹੀ ਹੋਰ ਹੈ ਆਈ ਡੋਨਟ ਨੀਡ ਲਗਜ਼ਰੀ ਅਸੀਂ ਇੱਕ ਪਿੰਡ 'ਚ ਜਾ ਕੇ ਠਹਿਰੇ ਪਿੰਜ ਫੈਸਲਾਬਾਦ ਕੋਲ ਲਾਇਲਪੁਰ ਦੇ ਕੋਲ ਪਿੰਡ ਸੀਗਾ ਪੰਜਵੜ ਉੱਥੇ ਅਸੀਂ ਇੱਕ ਕਮਰੇ 'ਚ ਹੀ ਸੱਤ ਜਾਣੇ ਠਹਿਰੇ ਉੱਥੇ ਪੂਰਾ ਪਿੰਡ ਹੀ ਰਾਤ ਨੂੰ 9-1 ਵਜੇ ਆ ਰਿਹਾ ਹਾਂਜੀ ਭਾਈ ਸਾਹਿਬ ਇੰਡੀਆ ਤੋਂ ਆਏ ਹੋਏ ਕੋਈ ਨੌਕ ਵੀ ਨਹੀਂ ਕਰ ਰਿਹਾ ਕਮਰਾ ਖੋਲ੍ਹ ਕੇ ਸਾਨੂੰ ਜੱਫੀ ਬੈਗ ਮਿਲ ਰਿਹਾ ਹੁਣ ਮੇਰੇ ਲਈ ਤਾਂ ਠੀਕ ਹੈ ਨਾ ਤਾਂ ਇੰਡੀਆ ਗਿਆ ਪਰ ਮੇਰੇ ਬੱਚੇ ਉੱਧਰ ਬਾਹਰ ਲੈਣੇ ਵਾਈਫ ਵੀ ਉੱਧਰ ਹੋਣਾ ਵੀ ਉਹਨਾਂ ਲਈ ਬੜਾ ਹੋਰ ਤਰ੍ਹਾਂ ਸੀ ਪਰ ਇੱਕ ਦੋ ਦਿਨਾਂ 'ਚ ਤੁਸੀਂ ਯੂਜ਼ ਟੂ ਹੋਏ ਨੇ ਸੋ ਉਹ ਵੀ ਆਪਣੇ ਆਪ ਦਾ ਇੱਕ ਟੂਰਿਜ਼ਮ ਹੈ ਤੁਸੀਂ ਦੇਖੋ ਉੱਥੇ ਅਸੀਂ ਹੁਣ ਲਗਜ਼ਰੀ ਦੀ ਵੇਟ ਨਹੀਂ ਕੀਤੀ ਅਸੀਂ ਉੱਥੇ ਇਹ ਨਹੀਂ ਵੇਟ ਕੀਤਾ ਕਿ ਸਾਨੂੰ ਡਿਟੈਚਡ ਬਾਥਰੂਮ ਮਿਲੇ ਕਿਉਂਕਿ ਉਹ ਚੀਜ਼ਾਂ ਤਾਂ ਸਾਨੂੰ ਯੂਰਪ 'ਚ ਮਿਲਦੀਆਂ ਸਭ ਜਗ੍ਹਾ ਮਿਲਦੀਆਂ ਇੱਥੇ ਤਾਂ ਅਸੀਂ ਇਹ ਚੀਜ਼ ਤਾਂ ਦੇਖਣਾ ਹੈ ਵੀ ਕਿੱਦਾਂ ਪੂਰਾ ਪਿੰਡ ਪੂਰਾ ਪੂਰਾ ਪਿੰਡ ਰਾਤ ਨੂੰ 1-2 ਵਜੇ ਤੱਕ ਔਰ ਕੋਈ ਨੌਕ ਨਹੀਂ ਵੀ ਹਾਂਜੀ ਤੁਸੀਂ ਹੈ ਨਾ ਦਰਵਾਜ਼ਾ ਖੋਲ੍ਹਣਾ ਉਹ ਦਰਵਾਜ਼ਾ ਖੋਲ੍ਹਿਆ ਪੂਰਾ ਪਿੰਡ ਕਮਰੇ 'ਚ ਅੰਦਰ ਆਈ ਜਾ ਰਿਹਾ ਸੋਫੇ 'ਤੇ ਬੈਠੀ ਜਾ ਰਿਹਾ ਇਹ ਮੇਰੀ ਪਿਛਲੀ ਟ੍ਰਿਪ ਦੀ ਗੱਲ ਹੈ 2016 ਦੀ ਉਦੋਂ ਮੈਂ ਲਾਈਵ ਸੀਗਾ ਵੀਡੀਓ 'ਤੇ ਉਹ ਇੰਨੇ ਲੋਕਾਂ ਨੇ ਲਾਈਕ ਕੀਤਾ ਉਹਦਾ ਮਤਲਬ ਮਕਸਦ ਹੀ ਇਹ ਸੀ ਕਿ ਆਪਾਂ ਜਿਹੜਾ ਟੂਰਿਜ਼ਮ ਹੈ ਨਾ ਉਹਨੂੰ ਲੈਟਸ ਨੋਟ ਥਿੰਕ ਵੀ ਜਿਹੜੇ ਐੱਨ ਆਰ ਆਈਜ਼ ਬਾਹਰੋਂ ਆ ਰਹੇ ਆ ਉਹ ਬੜੀ ਕੁਛ ਲੈਕ ਹੀ ਹੁੰਦੇ ਆ ਦੇਰ ਆਰ ਸਮ ਪੀਪਲ ਹੂ ਆਰ ਵੈਰੀ ਸਟੇਟਸ ਕੌਂਸ਼ੀਅਸ ਬਟ ਦੇ ਆਰ ਨੋਟ ਮੈਨੀ ਜਿਹੜੇ ਸਟੇਟਸ ਕੌਂਸ਼ੀਅਸ ਲੋਕ ਹੈ ਨਾ ਉਹਨਾਂ ਨੇ ਪੈਰਿਸ ਚਲੇ ਜਾਣਾ ਉਹਨਾਂ ਨੇ ਨਿਊਯਾਰਕ ਜਾਣਾ ਉਹਨਾਂ ਨੇ ਲਾਸ ਵੇਗਸ ਜਾਣਾ ਉਹਨਾਂ ਦੇ ਲਈ ਡੈਸਟੀਨੇਸ਼ਨਸ ਹੋਰ ਹੈ ਜਿਹੜੇ ਲੋਕ ਇੱਥੇ ਆ ਰਹੇ ਆ ਉਹ ਜ਼ਿਆਦਾਤਰ ਆਪਣੀ ਇੰਡੀਆ ਦੇ ਅਪਣੱਤ ਦੇ ਨਾਲ ਭੇਜੇ ਹੋਏ ਆ ਦੇ ਆਰ ਮਿਸਿੰਗ ਪਾਕਿਸਤਾਨ ਦੀਆਂ ਪੁਰਾਣੀਆਂ ਗੱਲਾਂ ਬੈਡਲੀ ਜਿਹੜੀਆਂ ਆਪਾਂ ਸੜਕਾਂ 'ਤੇ ਪ੍ਰੋਵਾਈਡ ਕਰ ਰਹੇ ਹਾਂ ਹੁਣ ਜਿੱਦਾਂ ਗਵਰਨਰ ਹਾਊਸ 4 ਦਿਨ ਪਹਿਲਾਂ ਇੱਕ ਬਹੁਤ ਵਧੀਆ ਪ੍ਰੋਗਰਾਮ ਹੋਇਆ ਮੈਂ ਉੱਥੇ ਅਟੈਂਡ ਕੀਤਾ ਉੱਥੇ ਸਾਰੇ ਸਿੱਖ ਠੀਕ ਹੈ ਟਾਈਮਿੰਗ ਇਸ ਓਕੇ ਨਹੀਂ ਠੀਕ ਹੈ ਹਮੇਂ ਕੋਈ ਮਸਲਾ ਜੇ ਮੈਂ ਤੁਹਾਨੂੰ ਬੋਰ ਕਰ ਰਿਹਾ ਮੈਨੂੰ ਦੱਸ ਦੇ ਵੇਲੇ ਉੱਥੇ ਆਮ ਸਿੱਖ ਸਰਦਾਰ ਬਹੁਤ ਡਾਂਸ ਕਰ ਰਹੇ ਸੀਗੇ ਸਾਰਿਆਂ ਨੇ ਬਹੁਤ ਭੰਗੜਾ ਪਾਇਆ ਪਰ ਮੈਂ ਉੱਥੇ ਨੋਟ ਕੀਤਾ ਕਿ ਕੁਛ ਕਮੀ ਹੈ ਮੈਂ ਉੱਥੇ ਉੱਥੇ ਹੁਣ ਤਾਂ ਪਾਕਿਸਤਾਨੀ ਲੋਕ ਨਹੀਂ ਸੀਗੇ ਉਹ ਸਿੱਖਾਂ ਦੇ ਲਈ ਉਹਨਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ ਮੈਂ ਜਿੰਨੇ ਵਰਕਰ ਸੀਗੇ ਵੇਟਰ ਸੀਗੇ ਮੈਂ ਉਹਨਾਂ ਨੂੰ ਮੈਂ ਕਿਹਾ ਤੁਸੀਂ ਆਪਣੇ ਸ਼ਿਫਟ ਬਦਲੋ 2-4 ਮਿੰਟ ਪਲੇਟਾਂ ਰੱਖੋ ਤੁਸੀਂ ਸਾਡੇ ਨਾਲ ਡਾਂਸ ਕਰੋ ਉਹਨਾਂ ਨੇ ਸਟੇਜ 'ਤੇ ਚੜਾਇਆ ਫਿਰ ਮੈਂ ਵੀਡੀਓ ਬਣਵਾਈ ਸਟੇਟ ਮੀਡੀਆ ਕੋਲੋਂ ਹੁਣ ਕਿਉਂਕਿ ਜਦੋਂ ਮੈਂ ਵਿਦੇਸ਼ 'ਚ ਬੈਠਾ ਦੇਖਦਾ ਮੈਨੂੰ ਪਤਾ ਹੈ ਕਿ ਕੀ ਇਮੇਜ ਜਾਣੀ ਚਾਹੀਦੀ ਹੈ ਜੇ ਇਕੱਲੇ ਸਿੱਖ ਅਸੀਂ ਆ ਕੇ ਭੰਗੜਾ ਪਾ ਕੇ ਤੁਹਾਡੇ ਸਟੇਜ 'ਤੇ ਚਲੇ ਗਏ ਗਵਰਨਰ ਹਾਊਸ ਇਟ ਡਜ਼ਨਟ ਗਿਵ ਇਟ ਡਜ਼ਨਟ ਮੇਕ ਐਨੀ ਸੈਂਸ ਮਜ਼ਾ ਤਾਂ ਆਉਂਦਾ ਹੈ ਨਾ ਜੇ ਆਪਾਂ ਇੰਡੀਅਨ ਪਾਕਿਸਤਾਨੀ ਇਕੱਠਿਆਂ ਨੇ ਭੰਗੜਾ ਪਾ ਲਿਆ ਔਰ ਉੱਥੇ ਸਟੇਜ 'ਤੇ ਮੈਂ ਕਿਹਾ ਇੰਨੀ ਵਜਾ ਵਜਾ ਹੋਈ ਔਰ ਵੀਡੀਓ ਇੰਨੀ ਕੋਈ ਚੱਲੀ ਕਿਉਂਕਿ ਦੈਟ ਇਜ਼ ਡਿਫਰੈਂਟ ਦੈਨ ਸਮਵਨ ਗੋਇੰਗ ਫੋਰ ਰਿਲੀਜੀਅਸ ਟੂਰਿਜ਼ਮ ਰਿਲੀਜੀਅਸ ਟੂਰਿਜ਼ਮ ਲਈ ਗਏ ਤੁਸੀਂ ਉਹ ਪਿੰਡ ਦੇ ਲੋਕ ਜਿਹੜੇ ਇੰਡੀਆ ਤੋਂ ਆਏ ਸੀ ਉਹਨਾਂ ਨੂੰ ਚੁੱਕ ਕੇ ਤੁਸੀਂ ਗਵਰਨਰ ਹਾਊਸ ਰਿਸੈਪਸ਼ਨ ਦੇਤੀ ਅਸੀਂ ਮੈਂ ਵੀ ਪਿੰਡ ਦਾ ਬੰਦਾ ਠੀਕ ਹੈ ਪਿੰਡ ਦਾ ਦੇਸੀ ਬੰਦਾ ਕੋਈ ਕੌਂਸਲਰ ਦਾ ਘਰ ਨਹੀਂ ਦੇਖਿਆ ਹੋਇਆ ਤੁਸੀਂ ਸਿੱਧਾ ਜਾ ਕੇ ਗਵਰਨਰ ਹਾਊਸ ਲਾਹੌਰ 'ਚ ਜਾ ਕੇ ਤੁਹਾਡੀ ਰਿਸੈਪਸ਼ਨ ਹੋ ਰਹੀ ਹੈ ਔਰ ਉੱਥੇ ਜੇ ਤੁਸੀਂ ਆਮ ਲੋਕਾਂ ਨਾਲ ਮਿਕਸ ਨਹੀਂ ਕਰਦੇ ਉਹ ਫਿਰ ਵੀ ਗੜਬੜ ਹੋ ਜਾਂਦੀ ਹੈ ਹੁਣ ਪਿਛਲੇ ਬਹੁਤ ਸਾਲਾਂ 'ਚ ਜਿਹੜੇ ਇੰਡੀਆ ਦੇ ਹਾਇਰ ਅਥਾਰਟੀਜ਼ ਸੀਗੀਆਂ ਉਹਨਾਂ ਨੂੰ ਇਹ ਇਤਰਾਜ਼ ਹੁੰਦਾ ਸੀਗਾ ਕਿ ਜਦੋਂ ਵੀ ਪਾਕਿਸਤਾਨ ਜਾਂਦੇ ਆ ਸਿੱਖ ਮੈਂ ਖੁਦ ਵੀ ਦੇਖਦਾ ਰਿਹਾ ਉਹ ਕੋਈ ਨਾ ਕੋਈ ਐਂਟੀ ਇੰਡੀਆ ਜਿਹੜਾ ਕੁਛ ਨਾ ਕੁਛ ਪ੍ਰੋਪੇਗੰਡਾ ਹੁੰਦਾ ਸੀ ਜਿਹੜਾ ਇਸ ਸਾਲ ਮੈਂ ਟੀਵੀ ਮੇਰੇ ਸਾਹਮਣੇ ਮੈਂ ਦੇਖ ਰਿਹਾ ਖੁਦ ਕੋਈ ਇਹੋ ਜਿਹੀ ਗੱਲ ਨਹੀਂ ਸੀ ਮਤਲਬ ਇਸ ਵੇਲੇ ਇੰਡੀਆ ਕੋਲ ਕੋਈ ਬਹਾਨਾ ਨਹੀਂ ਹੈਗਾ ਮੈਂ ਇੰਡੀਆ ਜਾਣਾ ਪਰਸਨ ਜਾਣਾ ਮੇਰੀ ਉੱਥੇ ਟਾਕਸ ਹੈਗੀਆਂ ਇਸ ਵੇਲੇ ਕੋਈ ਵੀ ਇਹੋ ਜਿਹੀ ਸਟੇਜ ਨਾ ਮੈਂ ਕਰਤਾਰਪੁਰ ਸਾਹਿਬ ਦੇਖੇ ਨਾ ਨਨਕਾਣਾ ਸਾਹਿਬ ਜਿੱਥੇ ਦੇਖੇ ਜਿੱਥੇ ਕੋਈ ਕਹਿ ਸਕੇ ਕਿ ਹਾਂਜੀ ਅਸੀਂ ਇਸ ਕਰਕੇ ਨਹੀਂ ਵੀਜ਼ਾ ਇਸ਼ੂ ਕਰ ਰਹੇ ਕਿਉਂਕਿ ਉੱਥੇ ਜਾ ਕੇ ਉਹਨਾਂ ਨੂੰ ਅੱਗੇ ਇਹੋ ਜਿਹੇ ਬੈਨਰ ਜਾਂ ਕੁਛ ਇਹੋ ਜਿਹਾ ਲਿਖਿਆ ਮਿਲਦਾ ਹੈ ਬਿਲਕੁਲ ਵੀ ਨਹੀਂ ਸੀ ਔਰ ਸਖਤ ਮੈਨੂੰ ਲੱਗ ਰਿਹਾ ਕਿ ਬਹੁਤ ਹੀ ਸਖਤ ਤਰੀਕੇ ਨਾਲ ਇਸ ਵੇਲੇ ਸਰਕਾਰ ਨੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵਾਕਈ ਅਮਨ ਦੀ ਆਵਾਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕੋਈ ਹਿਡਨ ਕਿਉਂਕਿ ਲੱਗਦਾ ਹੈਗਾ ਆਪਾਂ ਸਭ ਨੂੰ ਸਾਰੀ ਦੁਨੀਆ 'ਚ ਬੈਠੇ ਹਾਂ ਵੀ ਯਾਰ ਕੀ ਅਚਾਨਕ ਕਿੱਦਾਂ ਹੋ ਗਿਆ ਨਾ ਇੰਨੀ ਪ੍ਰੋਬਲਮ ਦੇ ਬਾਵਜੂਦ ਕਰਤਾਰਪੁਰ ਲਾਂਘਾ ਕੀ ਹੈਗਾ ਇਹਦੇ ਪਿੱਛੇ ਹਿਡਨ ਏਜੰਡਾ ਕੀ ਹੋ ਸਕਦਾ ਪਰ ਮੈਂ ਜਿੰਨੀ ਮੇਰੀ ਆਬਜ਼ਰਵੇਸ਼ਨ ਹੈ ਖੈਰ ਆਪਾਂ ਇਹਨਾਂ ਪੋਲੀਟੀਸ਼ੀਅਨਸ ਦੀ ਪੂਰੀ ਸਮਝ ਨਹੀਂ ਸਕਦੇ ਇਹਨਾਂ ਦੀ ਵੱਡੀਆਂ ਪਾਲਿਸੀਜ਼ ਹੁੰਦੀਆਂ ਇਹ ਆਪਸ ਵਿੱਚ ਗੱਲ ਵੀ ਕਰਦੇ ਨੇ ਇੰਡੀਆ ਪਾਕਿਸਤਾਨ ਟਰੰਪ ਪੁਟਿਨ ਇਹ ਸਭ ਲੋਕ ਆਪਸ ਵਿੱਚ ਰੈਗੂਲਰਲੀ ਗੱਲ ਕਰਦੇ ਆ ਇਹਨਾਂ ਮਾਮਲਿਆਂ 'ਤੇ ਪਰ ਜੋ ਮੈਂ ਨੋਟ ਕੀਤਾ ਕਿ ਕੋਈ ਵੀ ਇਹੋ ਜਿਹੀ ਮੈਨੂੰ ਜਗ੍ਹਾ 'ਤੇ ਸਟੇਟ ਵੱਲੋਂ ਗੁਰਦੁਆਰਾਜ਼ ਨੂੰ ਨਹੀਂ ਯੂਜ਼ ਕੀਤਾ ਗਿਆ ਜਿੱਥੇ ਇੰਡੀਆ 'ਚ ਇਹ ਗੱਲ ਲੱਗੇ ਕਿ ਐਂਟੀ ਇੰਡੀਆ ਕੋਈ ਮਿਸਾਲ ਹੈਗਾ ਇਹਦਾ ਮਤਲਬ ਉਹਨਾਂ ਨੂੰ ਹੋਰ ਖੁੱਲ੍ਹ ਦਿਲੀ ਹੋਏਗੀ ਹੁਣ ਇੰਡੀਆ ਨੂੰ ਕਿ ਉਹ ਖੁੱਲ੍ਹ ਕੇ ਹੋਰ ਵੀਜ਼ਾ ਦੇਣ ਆਪਾਂ ਨੂੰ ਪਾਕਿਸਤਾਨ 'ਚ ਜਦੋਂ ਅਸੀਂ ਰਹਿੰਦੇ ਟੂਰਿਜ਼ਮ